ਲੋਕ ਸਭਾ ਦੇ ਸਪੀਕਰ ਦੀ ਅੱਜ ਚੋਣ ਕਰ ਲਈ ਗਈ ਹੈ ਓਮ ਬਿੜਲਾ ਜੋ ਐਨਡੀਏ ਨੇ ਉਮੀਦਵਾਰ ਬਣਾਇਆ ਗਿਆ ਸੀ ਇਹਨਾਂ ਦੇ ਨਾਮ ਦੇ ਉੱਪਰ ਮੋਹਰ ਲਗਾ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿੜਲਾ ਦੇ ਨਾਮ ਦੇ ਜਿਹੜਾ ਹੈ ਪ੍ਰਸਤਾਵ ਰੱਖਿਆ ਸੀ ਜਿਸ ਤੋਂ ਬਾਅਦ ਜਤਨਰਾਮ ਮਾਨਜੀਤ ਤੇ ਚਿਰਾਗ ਪਾਸਵਾਨ ਵੱਲੋਂ ਵੀ ਸਮਰਥਨ ਕੀਤਾ ਗਿਆ ਯਾਨੀ ਕਿ ਐਨਡੀਏ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਆਪਣੇ ਓਮ ਬਿੜਲਾ ਨੂੰ ਸਪੀਕਰ ਦੇ ਲਈ ਜਿਹੜਾ ਹੈ ਉਹ اپنی ਸਹਿਮਤੀ ਜਤਾਈ ਹੈ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇੰਡੀਆ ਅਲਾਈਅንስ ਵੱਲੋਂ ਕੇ ਸੁਰੇਸ਼ ਨੂੰ ਉਮੀਦਵਾਰ ਬਣਾਇਆ ਗਿਆ ਸੀ ਇਸ ਜਦੋਂ ਸੈਸ਼ਨ ਸ਼ੁਰੂ ਹੁੰਦਾ ਹੈ ਵਿਧਾ ਲੋਕ ਸਭਾ ਦਾ ਤਾਂ ਉਸ ਸਮੇਂ ਜਿਹੜਾ ਹੈ ਵਿਰੋਧੀ ਧਿਰ ਨੇ ਮੰਗ ਕੀਤੀ ਸੀ ਇੰਡੀਆ ਅਲਾਈਅንስ ਨੇ ਮੰਗ ਕੀਤੀ ਸੀ ਜਿਹੜੇ ਪ੍ਰੋ ਟੈਂਪ ਸਪੀਕਰ ਸੀ ਉਹਨਾਂ ਦੇ ਕੋਲੋਂ ਕਿ ਜਦੋਂ ਸਪੀਕਰ ਦੀ ਚੋਣ ਹੋਣੀ ਹੈ ਤੇ ਵੋਟਾਂ ਦੇ ਜ਼ਰੀਏ ਚੋਣ ਕੀਤੀ ਜਾਏ ਪਰ ਇਸ ਨੂੰ ਫਿਰ ਖਾਰਜ ਕਰ ਦਿੱਤਾ ਗਿਆ ਪਰ ਇੱਥੇ ਅੰਕੜਾ ਇਹ ਬਣਦਾ ਹੈ ਕਿ ਐਨਡੀਏ ਦੇ ਕੋਲ 293 ਸੀਟਾਂ ਸੀ ਤੇ ਇੰਡੀਆ ਅਲਾਈਅੰਸ ਤੋ 233 ਸੀਟਾਂ ਨੇ ਇਸ ਕਰਕੇ ਜਿਹੜਾ ਹੈ ਚੋਣ ਓਮਬੇਲਾ ਦੀ ਹੋਈ ਹੈ ਐਨਡੀਏ ਨੇ ਆਪਣਾ ਜਿਹੜਾ ਹੈ ਉਮੀਦਵਾਰ ਬਣਾਇਆ ਹੋਇਆ ਸੀ ਓਮਬੇਲਾ ਨੂੰ ਉਸ ਨੂੰ ਚੋਣ ਲਿਆ ਗਿਆ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੱਲੋਂ ਤੇ ਨਾਲ ਦੀ ਨਾਲ ਰਾਹੁਲ ਗਾਂਧੀ ਰਾਹੁਲ ਗਾਂਧੀ ਵੱਲੋਂ ਓਮਬੇਲਾ ਨੂੰ ਵਧਾਈ ਦਿੱਤੀ ਗਈ ਤੇ ਦੋਵੇਂ ਜਿਹੜੇ ਹੈ ਸਪੀਕਰ ਦੀ ਕੁਰਸੀ ਤੱਕ ਛੱਡ ਕੇ ਆਂਦੇ ਆ ਓਮਬੇਲਾ ਨੂੰ ਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਹੋਰ ਜ਼ਿਕਰ ਕੀਤਾ ਜੋ ਖਾਸ ਹੈ ਉਹਨਾਂ ਨੇ ਕਿਹਾ ਕਿ ਨੇ ਕੇਂਦਰ ਦੇ ਵਿੱਚ ਐਨਡੀਏ ਦੀ ਸਰਕਾਰ ਜਾਂ ਬੀਜੇਪੀ ਦੀ ਸਰਕਾਰ ਲਗਾਤਾਰ ਰਿਕਾਰਡ ਕਾਇਮ ਕਰ ਰਹੀ ਹੈ ਪਹਿਲਾਂ ਲਗਾਤਾਰ ਤੀਸਰੀ ਵਾਰ ਬੀਜੇਪੀ ਦੀ ਸਰਕਾਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਤੇ ਹੁਣ ਸਪੀਕਰ ਜਿਹੜੇ ਹੈ ਉਹ ਦੂਸਰੀ ਵਾਰ ਲਗਾਤਾਰ ਯਾਨੀ ਕਿ ਤਕਰੀਬਨ 5 ਸਾਲ ਪਹਿਲਾਂ ਉਹਨਾਂ ਦਾ ਕਾਰਜ ਕਰ ਰਿਹਾ ਓਮਬਿਲਾ ਦਾ ਤੇ ਹੁਣ ਫਿਰ ਦੁਬਾਰਾ ਉਹਨਾਂ ਨੂੰ 5 ਸਾਲ ਲਈ ਜਿਹੜਾ ਹੈ ਚੁਣ ਲਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਬਲਰਾਮ ਜਾਖੜ ਜੋ ਸੁਨੀਲ ਜਾਖੜ ਦੇ ਪਿਤਾ ਸੀ ਜੋ ਕਾਂਗਰਸ ਦੇ ਵਿੱਚ ਸਨ ਉਹ ਸਪੀਕਰ ਬਣਾਏ ਗਏ ਸੀ ਤੇ ਉਹਨਾਂ ਦਾ ਲਗਾਤਾਰ ਹੁਣ ਰਿਕਾਰਡ ਟੁੱਟਿਆ ਓਮਬਿਲਾ ਨੇ ਤੋੜ ਦਿੱਤਾ ਫਿਲਹਾਲ ਰਾਹੁਲ ਗਾਂਧੀ ਜਿਹੜੇ ਹੈ ਵਿਪੱਖਸ਼ ਦੇ ਵਿੱਚ ਹੈਗੇ ਨੇ ਔਰ ਇਹਨਾਂ ਦੀ ਮਜ਼ਬੂਤੀ ਜਿਹੜੀ ਹੈ ਵਿਪੱਖਸ਼ ਦੀ ਉਹ ਇਹ ਕਹਿ ਰਹੀ ਹੈ ਕਿ ਉਮੀਦ ਜਿਤਾ ਉਮੀਦ ਕਰ ਰਿਹਾ ਕਿ ਓਮ ਬਿੜਲਾ ਜਿਹੜੇ ਹੈ ਉਹ ਵਿਰੋਧੀ ਧਿਰ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਨਹੀਂ ਕਰਨਗੇ ਪੂਰਾ ਮੌਕਾ ਦੇਣਗੇ ਪੂਰਾ ਉਹਨਾਂ ਨੂੰ ਸਮਾਂ ਦੇਣਗੇ ਜਿੰਨਾ ਬਣਦਾ ਹੈ ਤੇ ਦੂਸਰੇ ਪਾਸੇ ਅਕਲੇਸ਼ ਯਾਦਵ ਜੋ ਸਮਾਜਵਾਦੀ ਪਾਰਟੀ ਦੇ ਜਿਹੜੇ ਹੈਗੇ ਲੀਡਰ ਹੈਗੇ ਐਮਪੀ ਹੈ ਉਹਨਾਂ ਦੇ ਪ੍ਰਧਾਨ ਹੈ ਤੇ ਇਹਨਾਂ ਨੇ ਵੀ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਓਮ ਬਿੜਲਾ ਤੋਂ ਕਿ ਉਹ ਨਿਰਪੱਖ ਹੋ ਕੇ ਚੱਲਣਗੇ ਸਦਨ ਦੀ ਕਾਰਵਾਈ ਦੇ ਵਿੱਚ ਜਿੰਨਾ ਸਮਾਂ ਵਿਰੋਧੀਆਂ ਨੂੰ ਮਿਲਦਾ ਹੈ ਉਵੇਂ ਹੀ ਸਾਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਸਾਡੀ ਆਜ਼ ਨੂੰ ਦੱਬਨ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਫਿਲਹਾਲ ਦੇਸ਼ ਦੇ ਵਿੱਚ 1976 ਤੋਂ ਬਾਅਦ ਇਹ ਜਿਹੜੀ ਹੈ ਹੁਣ ਦੁਬਾਰਾ ਚੋਣ ਹੋਈ ਹੈ ਇਸ ਤੋਂ ਪਹਿਲਾਂ ਜਿਹੜੀਆਂ ਸੈਂਪਤੀਆਂ ਹੁੰਦੀਆਂ ਸੀ ਹੋਂ ਤੱਕ 1976 ਤੋਂ ਬਾਅਦ ਜਿਹੜੀਆਂ ਉਹ ਸਹਿਮਤੀਆਂ ਚਲਦੀਆਂ ਆ ਰਹੀਆਂ ਸੀ ਅੰਕੜਾ ਜਿਹੜਾ ਹੁੰਦਾ ਸੀ ਉਹ ਵਿਰੋਧੀ ਧਿਰਾਂ ਤੇ ਨਾਲ ਦੀ ਨਾਲ ਜਿਹੜੀ ਸੱਤਾ ਸੱਤਾਧਿਰ ਪਾਰਟੀ ਹੁੰਦੀ ਹੈ ਇਹ ਸਹਿਮਤੀ ਜਿਤਾ ਦਿੰਦੀ ਸੀ ਕਿ ਅਸੀਂ ਜਿਹੜੇ ਹੈ ਉਹ ਇਸ ਵਿਅਕਤੀ ਨੂੰ ਉਮੀਦਵਾਰ ਬਣਾ ਜਿਹੜਾ ਹੈ ਇਸ ਵਿਅਕਤੀ ਨੂੰ ਅਸੀਂ ਸਪੀਕਰ ਚੁਣਦੇ ਹਾਂ ਪਰ ਇੱਥੇ ਰਾਹੁਲ ਗਾਂਧੀ ਜਾਂ ਫਿਰ ਕਹਿ ਲਓ ਇੰਡੀਆ ਅਲਾਈਅੰਸ ਨੇ ਓਬਜੈਕਸ਼ਨ ਕੀਤਾ ਸੀ ਕਿ ਸਾਨੂੰ ਜੇਕਰ ਅਸੀਂ ਸਰਕਾਰ ਦੇ ਸਮਰਥਨ ਤਾਂ ਕਰਾਂਗੇ ਜੇਕਰ ਸਾਡਾ ਡਿਪਟੀ ਸਪੀਕਰ ਬਣਾਓਗੇ ਤਾਂ ਫਿਰ ਇਸ ਸਬੰਧੀ ਰਾਜਨਾਥ ਸਿੰਘ ਨੇ ਗੱਲਬਾਤ ਕੀਤੀ ਸੀ ਮਲਕ ਅਰਜੁਨ ਖੜਗੇ ਦੇ ਨੂੰ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਸਾਡੇ ਸਪੀਕਰ ਨੂੰ ਜਿਹੜਾ ਹੈ ਸਮਰਥਨ ਦਿਓ ਪਰ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਸੀ ਕਿ ਤੁਸੀਂ ਡਿਪਟੀ ਸਪੀਕਰ ਜਿਹੜਾ ਹੈ ਉਹ ਸਾਡਾ ਲਗਾਓ ਪਰ ਇਸ ਤੋਂ ਬਾਅਦ ਫਿਰ ਰਾਜਨਾਥ ਸਿੰਘ ਨੇ ਦੁਬਾਰਾ ਕੋਈ ਜਵਾਬ ਨਹੀਂ ਦਿੱਤਾ ਜਿਸ ਕਰਕੇ ਅੱਜ ਜਿਹੜੀ ਹੈ ਉਹ ਚੋਣ ਹੋਣ ਤੱਕ ਨੋਬਤ ਆ ਗਈ ਤੇ ਇਸ ਐਨਡੀਏ ਨੇ ਇੱਥੇ ਇੱਕ ਜਿੱਤ ਹਾਸਲ ਕੀਤੀ ਹੈ ਆਪਣਾ ਸਪੀਕਰ ਜਿਹੜਾ ਹੈ ਓਮ ਬਿਡਲਾ ਬਣਾ ਲਿਆ ਹੈ